चिंता करे भी कितने हो ना जाए
एक बात कहते उस गल की चिंता करे भी कि मेरे नाल ना हो जाए क्योंकि हो किसी नाल हो ही नहीं पर जिहड़ी रोज हो रही है ते हर किसी नाल हो रही है ये मारिज संसार को अगली लाइन चिंता तो की कीजिए जो अनहोनी हो मार्ग संसार को नानक थिर नहीं कोई कोई भी नहीं रहा इतने कितने तेरे मापिया जे वो नहीं रहे तो तू अपने आप से भरोसा किवें कर सकना यह अनहोनी नहीं चिंता फिक्र तो अनहोनी का होता है ये मार्ग संसार को किथे तेरे मापिया जिन्नी तू जने वही ते पासों कोई लग गए तेरे देखदे चले गए अज एक ख्वाब सुपना बन के रह गए केवल तेरे विचारां दे केंद्र विच एक याद बन के रह गए इस तो ज्यादा होर कुछ नहीं वो भी कुछ समय ले इसलिए मैनू इनकी कोई चिंता नहीं है संसार की कहानी है पर केड़ी अजीब गल है जेड़ी संसार की कहानी है उन्हें मनुख परवाह नहीं कर रहा दसो कोई मौत नूं परवाह करता है कोई नहीं कर रहा बाबा कबीर जी ने बड़ा खूबसूरत ख्याल दिता कह लगे ये नहीं सोचता भी तेनू ये काया मिली क्यों है ये नहीं सोच रहा ये सोचता काया जाए ना बस काया नू अपने ग्रिप विच अपनी गोदी विच अपनी गलवरकड़ी विच रखना चाहता ये मेरे को काया ना जाए ਇਹ ਨਹੀਂ ਸੋਚਦਾ ਕਾਇਆ ਮਿਲੀ ਕਿਉਂ ਆ ਹੁਣ ਇਹ ਲਫਤ ਆਏ ਸਨ ਭਈ ਪ੍ਰਾਪਤ ਮਨੁੱਖ ਦੇ ਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਛੱਡਣਾ ਨਹੀਂ ਚਾਹੁੰਦਾ ਤੇ ਬਾਬਾ ਕਬੀਰ ਜੀ ਨੇ ਇੱਕ ਖਿਆਲ ਦੇ ਦਿੱਤਾ ਕਹਿਣ ਲੱਗੇ ਕੋਈ ਚੀਜ਼ ਜਿਵੇਂ ਖੁਰਨੀ ਸ਼ੁਰੂ ਹੋ ਜਾਏ ਨਾ ਉਹ ਇੱਕਦਮ ਨਹੀਂ ਜਾਂਦੀ ਇੱਕਦਮ ਨਹੀਂ ਜਾਂਦੀ ਜਿਸ ਨੂੰ ਖੋਰਾ ਲੱਗ ਜਾਏ ਪੰਜਾਬ ਦੀ ਆਮ ਬੋਲੀ ਵਿੱਚ ਹੈ ਖੋਰਾ ਲੱਗ ਜਾਣਾ ਖੋਰਾ ਦਾ ਅਰਥ ਹੁੰਦਾ ਇੱਕਦਮ ਚੀਜ਼ ਨਾ ਜਾਏ ਹੌਲੀ ਹੌਲੀ ਖੁਰ ਜਾਏ ਕਹਿਣ ਲੱਗੀ ਕਾਇਆ ਦੀ ਹਾਲਤ ਇਹੋ ਹੈ ਕਾਇਆ ਦੀ ਹਾਲਤ ਇਹੋ ਹੈ ਇਹਨੂੰ ਖੋਰਾ ਲੱਗਾ ਹੋਇਆ ਇਹਨੂੰ ਪਤਾ ਹੀ ਨਹੀਂ ਖੁਰਦੀ ਜਾ ਰਹੀ ਬਚਪਨ ਤੋਂ ਜਵਾਨੀ ਜਵਾਨੀ ਤੋਂ ਬੁਢੇਪਾ ਤਨ ਦੀ ਸ਼ਕਤੀ ਜਿਹੜੀ ਕੱਲ ਸੀ ਉਹ ਅੱਜ ਨਹੀਂ ਜਿਹੜੀ ਅੱਜ ਹੈ ਉਹ ਕੱਲ ਨਹੀਂ ਹੋਣੀ ਖੋਰਾ ਲੱਗਾ ਹੋਇਆ ਤੇ ਖੋਰਾ ਵੀ ਇੰਨਾ ਮੋਟਾ ਭਾਵ ਇੰਨਾ ਵੱਡਾ ਲੱਗਾ ਹੋਇਆ ਜਿਹਨੂੰ ਰੋਕਿਆ ਨਹੀਂ ਜਾ ਸਕਦਾ ਕੋਈ ਆਖੇ ਵੀ ਮੈਂ ਬੁਢੇਪਾ ਨਹੀਂ ਆਉਣ ਦੇਣਾ ਖੋਰਾ ਲੱਗਿਆ ਵੱਡਾ ਖੋਰਾ ਜਿਹਨੂੰ ਰੋਕਿਆ ਨਹੀਂ ਜਾ ਸਕਦਾ ਇੱਕ ਖਿਆਲ ਕਰਿਓ ਕਹਿੰਦੇ ਨੇ ਹੈ ਖੋਰਾ ਕਾਇਆ ਨੂੰ ਖੋਰਾ ਬੁੱਢਾ ਹੋਇਆ ਹੈ ਤਾਂ ਤਨ ਹੋਇਆ ਮਨ ਨਹੀਂ ਹੋਇਆ ਮਨ ਦੀ ਕਦੀ ਵਿਚਾਰ ਵੱਲ ਦੇਖੋ ਮਨ ਦੀਆਂ ਆਸ਼ਾਵਾਂ ਵੱਲ ਮਨ ਦੀਆਂ ਇੱਛਾਵਾਂ ਵੱਲ
100 ਸਾਲ ਦੀ ਉਮਰ ਵਿੱਚ ਵੀ ਜਾ ਕੇ ਉਹਦੀਆਂ ਇੱਛਾਵਾਂ ਉਹੀ ਨੇ ਜੋ 20 ਸਾਲ ਦੀ ਉਮਰ ਵਿੱਚ ਸਨ। ਮੜੇ ਨਹੀਂ ਬੁੱਢਾ ਹੁੰਦਾ, ਬੁਢੇਪਾ ਆਉਂਦਾ ਤਾਂ ਤਣ ਤੇ ਆਉਂਦਾ, ਖੋਰਾ ਲੱਗਦਾ ਤੇ ਤਣ ਨੂੰ ਲੱਗਦਾ। ਬਾਬਾ ਕਬੀਰ ਨੇ ਖਿਆਲ ਦਿੱਤਾ, ਕਹਿਣ ਲੱਗੇ ਜਿਹੜੇ ਇਸ ਕੰਮ ਲਈ ਆਇਆ ਸੀ ਉਹ ਤਾਂ ਇਹਨੇ ਕੀਤਾ ਨਹੀਂ, ਤਣ ਖੋਰਿਆ ਜਾ ਰਿਹਾ, ਤਣ ਮਿਲਿਆ ਸੀ ਉਸ ਕੰਮ ਲਈ ਲੱਭਦਾ ਹੈ ਨਹੀਂ। ਹੋਰ ਥਾਂ ਨੇ ਬਾਬਾ ਕਬੀਰ ਜੀ ਨੇ ਐਗਜ਼ਾਮਪਲ ਦਿੱਤੀ, ਕਹਿਣ ਲੱਗੀ ਕੋਈ ਪਾਣੀ ਹਾਰ ਚਿਉੜੀ, ਪੁਰਾਣੇ ਸਮੇਂ ਅੰਦਰ ਪਿੰਡਾਂ ਵਿੱਚ ਪੀਰਾਂ ਨੂੰ ਪਤਾ ਹੈ ਘਰਾਂ ਦੇ ਪਾਣੀ ਵੀ ਚਿਉੜੀਆਂ ਭਰਦੀਆਂ ਸਨ। ਪਾਣੀ ਹਾਰ ਚਿਉੜੀ ਖੂਹ ਤੋਂ ਪਾਣੀ ਲੈਣ ਗਈ, ਉਹਨੇ ਲੱਜ ਦੇ ਨਾਲ ਰੱਸੀ ਦੇ ਨਾਲ ਡੋਲ ਬੰਨਿਆ ਹੋਇਆ ਸੀ, ਉਹ ਡੋਲ ਤੇ ਰੱਸੀ ਲੈ ਕੇ ਖੂਹ ਦੇ ਮਣ ਤੇ ਚਲੀ ਗਈ, ਪਾਣੀ ਭਰਨਾ ਸ਼ੁਰੂ ਕੀਤਾ। ਇੱਕ ਘੜਾ ਭਰਿਆ, ਦੋ ਘੜੇ ਭਰੇ, ਤਿੰਨ ਘੜੇ ਭਰੇ, ਭਰਦੀ ਗਈ। ਅਚਾਨਕ ਲੱਜ ਟੁੱਟ ਗਈ, ਅਚਾਨਕ ਲੱਜ ਟੁੱਟ ਗਈ, ਉਹ ਰੱਸੀ ਟੁੱਟ ਗਈ। ਕਈ ਵਾਰੀ ਹੰਡਾਇਆ ਕੁੰਡੇ ਬਣੇ ਹੁੰਦੇ ਸਨ, ਡੋਲ ਡਿੱਗ ਪੈਂਦਾ ਸੀ, ਖੂਹ ਵਿੱਚ ਰਹਿ ਜਾਂਦਾ ਸੀ, ਫਿਰ ਉਹਨਾਂ ਕੁੰਡਿਆਂ ਨਾਲ ਸਾਫ ਕਰ ਦਿੰਦਾ ਸੀ, ਲੱਜ ਟੁੱਟ ਗਈ, ਡੋਲ ਜਿਹੜਾ ਖੂਹ ਵਿੱਚ ਹੀ ਰਹਿ ਗਿਆ। ਜਿੰਨਾ ਕੁ ਪਾਣੀ ਭਰਿਆ ਸੀ, ਨਿੰਮੋ ਚੁਣੀ ਹੋਈ, ਮਯੂਸ ਹੋਈ, ਹੁਣ ਹੋਰ ਤੇ ਪਾਣੀ ਭਰਨ ਦਾ ਕੋਈ ਚਾਂਸ ਹੀ ਨਹੀਂ। ਬਾਬਾ ਕਬੀਰ ਜੀ ਨੇ ਦੇਖਿਆ ਉਸਦੀ ਉਦਾਸੀ ਨੂੰ, ਨਿੰਮੋ ਜੋਗਤਾ ਨੂੰ, ਤੇ ਖਿਆਲ ਬਾਣੀ ਵਿੱਚ ਦੇ ਦਿੱਤਾ, ਕਹਿਣ ਲੱਗੇ ਲੱਜ ਨਾਲ ਡੋਲ ਬੰਨ ਕੇ ਲਮਕਾਇਆ ਸੀ ਉਹਦੇ ਵਿੱਚ, ਤੇ ਮੇਰੇ ਦੇਖਦਿਆਂ ਦੇਖਦਿਆਂ ਕਹਿਣ ਲੱਗੇ ਲੱਜ ਘੜੀ ਨਾਲੋਂ ਡੋਲ ਨਾਲੋਂ ਟੁੱਟ ਗਈ। ਜਿੰਨਾ ਕੁ ਪਾਣੀ ਭਰਿਆ ਸੀ ਲੈ ਕੇ, ਕਹਿਣ ਲੱਗੇ ਇਸੇ ਤਰ੍ਹਾਂ ਸੰਸਾਰ ਵੀ ਇੱਕ ਖੂਹ ਹੈ। ਜੀਵ ਆਤਮਾ ਕਾਇਆ ਦਾ ਡੋਲ ਤੇ ਸਵਾਸਾਂ ਦੀ ਲੱਜ, ਸਵਾਸਾਂ ਦੀ ਰੱਸੀ, ਉਹਦੇ ਨਾਲ ਬੱਝੀ ਹੋਈ ਇਹ ਕਾਇਆ ਦੀ ਤਣ ਦਾ ਡੋਲ, ਕਾਇਆ ਦਾ ਡੋਲ। ਇੱਥੇ ਆ ਕੇ ਵਿਕਰਮਾ ਜਾਂ ਸੁਕਰਮਾ ਦਾ ਜਿਹੜਾ ਵੀ ਪਾਣੀ ਭਰੇ, ਕੁਛ ਲੋਕ ਵਿਕਰਮਾ ਦਾ ਭਰ ਲੈਂਦੇ ਨੇ, ਕੁਛ ਲੋਕ ਸੁਕਰਮਾ ਦਾ ਭਰ ਲੈਂਦੇ ਨੇ। ਇੱਥੇ ਸੰਸਾਰ ਦੀ ਖੋਈ ਤੇ ਸੁਕਰਮਾ ਜਾਂ ਵਿਕਰਮਾ ਦਾ ਪਾਣੀ ਭਰ ਰਹੀ ਸੀ। ਉਹਨੂੰ ਇਹ ਖਿਆਲ ਨਹੀਂ ਸੀ ਵੀ ਲੱਜ ਟੁੱਟ ਸਕਦੀ, ਉਹਨੂੰ ਇਹ ਖਿਆਲ ਚੇਤਾ ਵੀ ਨਹੀਂ ਸੀ ਕਿ ਲੱਜ ਟੁੱਟ ਸਕਦੀ। ਅਚਾਨਕ ਲੱਜ ਟੁੱਟ ਗਈ ਸਵਾਸਾਂ ਦੀ, ਡੋਲ ਇਸ ਸੰਸਾਰ ਦੀ ਖੂਹ ਵਿੱਚ ਹੀ ਰਹਿ ਗਿਆ। ਇਹ ਥੋੜਾ ਨਾਲ ਜਾਂਦਾ, ਇੱਥੇ ਰਹਿ ਜਾਂਦਾ, ਇਕਾਇਆਂ ਦਾ ਡੋਲ ਇਸ ਖੂਹ ਵਿੱਚ ਹੀ ਰਹਿ ਗਿਆ, ਡਿੱਗ ਪਿਆ। ਤੇ ਵਿਚਾਰੀ ਜਿੰਨੇ ਕੁ ਸੁਕਰਮਾਂ ਜਾਂ ਵਿਕਰਮਾਂ ਦਾ ਪਾਣੀ ਭਰ ਚੁੱਕੀ ਸੀ, ਉਹਨਾਂ ਕੁ ਲੈ ਕੇ ਤੁਰ ਪਏ। ਬਾਬਾ ਕਬੀਰ ਕਹਿਣ ਲੱਗੇ ਚੱਲੀ ਪਨਹਾਰੀ
ਸਲੋਕ ਵਿੱਚ ਦੁਹਰਾਈ ਉਹਨੇ ਕਹਿਣ ਲੱਗੇ ਗੁਰੂ ਨੇ ਆਵਾਜ਼ ਦਿੱਤੀ ਸੀ ਜਾਂਕੋ ਆਏ ਸੋਈ ਬਿਹਾ ਚੋ ਤੇਰਾ ਕੋਈ ਕਾਜ ਹੈ ਜਿਸ ਲਈ ਆਏ ਉਹ ਤੂੰ ਕੀਤਾ ਨਹੀਂ ਜਨਨੀ ਜਾਣਤ ਸੁਤ ਬੜਾ ਹੁੰਦਾ ਹੈ ਮਾਂ ਸਮਝਦੀ ਹੈ ਮੇਰਾ ਪੁੱਤਰ ਵੱਡਾ ਪਿਆ ਹੁੰਦਾ ਹੈ ਉਡੀਕ ਕਰਦੀ ਹੈ ਵੱਡਾ ਹੋਵੇ ਜਿਸ ਦਿਨ ਪਹਿਲੇ ਦਿਨ ਧਰਤੀ ਤੇ ਕਦਮ ਰੱਖ ਕੇ ਦੋ ਕਦਮ ਉਠਾਉਂਦਾ ਹੈ ਪ੍ਰਸ਼ਾਦ ਮੰਗਦੀ ਕਿਉਂ ਪੁੱਤਰ ਵੱਡਾ ਪਿਆ ਜਿਸ ਦਿਨ ਪਹਿਲੇ ਦਿਨ ਬੋਲਦਾ ਹੈ ਭਾਵੇਂ ਅੱਖ ਬੋਲਦਾ ਹੈ ਭਾਵੇਂ ਸ਼ੁੱਧ ਲਫਜ਼ ਨਹੀਂ ਕੱਢ ਸਕਦਾ ਮਾਂ ਪ੍ਰਸ਼ਾਦ ਵੰਡਦੀ ਹੈ ਪੁੱਤਰ ਬੋਲਣ ਲੱਗ ਪਿਆ ਵੱਡਾ ਪਿਆ ਹੁੰਦਾ ਕਬੀਰ ਕਹਿੰਦੇ ਨੇ ਨਹੀਂ ਮਾਂ ਤੂੰ ਭੋਰੀ ਹੈ ਪੁੱਤਰ ਵੱਡਾ ਨਹੀਂ ਹੁੰਦਾ ਛੋਟਾ ਪਿਆ ਹੁੰਦਾ ਹੈ ਜਿੰਨੀ ਉਮਰ ਦਾ ਸਮਾਂ ਉਹਨੂੰ ਮਿਲਿਆ ਸੀ ਉਹਦੇ ਵਿੱਚੋਂ ਦੋ ਤਿੰਨ ਚਾਰ ਸਾਲ ਘੱਟ ਗਏ ਨੇ ਸੁਤ ਵੱਡਾ ਹੋਤ ਹੈ ਇਤਨਾ ਕੰਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਛਿਜੈ ਜਿਹੜਾ ਜਿਹੜੀ ਉਮਰ ਘਟਦੀ ਹੈ ਨਾ ਉਹ ਤਨ ਛਿਜ ਰਿਹਾ ਛਿਜਣ ਦਾ ਮਤਲਬ ਕੀ ਖੋਰਾ ਲੱਗਣਾ ਛਿਜਣਾ ਖੋਰਾ ਲੱਗਣਾ ਬਾਬਾ ਕਬੀਰ ਜੀ ਦੀ ਉਹਦਾ ਨਾ ਕਹਿਣ ਲੱਗੇ ਤੱਕ ਜਾ ਰਹੀ ਹੈ ਖੁਰ ਜਾਏਗੀ ਤੈਨੂੰ ਇਹ ਪਤਾ ਅਗਲੀ ਲਾਈਨ ਵਿੱਚ ਕਹਿਣ ਲੱਗੇ ਕਾਇਆ ਹੰਡੀ ਕੱਟ ਕੇ ਤੂੰ ਜੇ ਚਾਹੇ ਮੁੜ ਕੇ ਮੈਨੂੰ ਇਹ ਫਿਰ ਮਿਲ ਜਾਏ ਹੋਰ ਸਮਾਂ ਮਿਲ ਜਾਏ ਚਲੋ ਕੋਈ ਹੱਦ ਨਹੀਂ ਇਸ ਉਮਰ ਵਿੱਚ ਮੈਂ ਕੁਛ ਨਹੀਂ ਕਰ ਸਕਿਆ ਮੇਰੀ ਉਮਰ ਵੱਧ ਜਾਏ ਜਾਂ ਮੇਰੀ ਮੈਨੂੰ ਵਿਸ਼ਵਾਸ ਨਾਲ ਮੇਰਾ ਰੱਬ ਆਖੇ ਲੈ ਮੈਂ ਤੈਨੂੰ ਕਾਇਆ ਫਿਰ ਦੇ ਦਿੰਦਾ ਮਨੁੱਖ ਅਜੇ ਨੂੰ ਫਿਰ ਦੇ ਦਿੰਦਾ ਕਹਿਣ ਲੱਗੇ ਬਿਲਕੁਲ
एग्जाम्पल दिंदे ने साडी पंजाब दे उस कहावत दे। पंजाब दी कहावत बनी हुई है कि काठ दी कुंडी बार बार नहीं चढ़ती। काठ का मतलब लकड़, लकड़ का कोई पतीला बना लै ते उन्दे उत्ते उन्हों अग ते रख दे आ सब्जी भाजी बनाने वास्ते, ते लकड़ का पतीला हो गए अग ते लकड़ नूं ही लग जाणी है। इको वारी चढ़ सकेगा वो पतीला, दोबारा नहीं चढ़ेगा। कहने लगे काया हांडी काट के। इस शरीर की भी यो कहानी है, यह भी एक काठ की कुंडी है। काठ की कुंडी ये बार बार नहीं चढ़ती, तेन बार बार इनके भरोसा ना रख के मिल जाएगी। कहने लगे मनुख कवया नूं छड़ना नहीं चाहता, ये मरण लई तैयार नहीं, मन नहीं बनाना मरण लई तैयार नहीं। हुण अगले पासे एक अजीब किस्म दा इहदे नाल ही जवाबिया फिक्र है। कहण लगी तन दी तां इह हालत है, खोर लग गई है, मुड़ के मिलना नहीं, पर मनुख इस तन नूं फिर प्यार करदा है, संभाल के रखना, मरना नहीं चाहता। जीवने की आस करे जम निहारे सासना लगवाए। पर कह लगे दूजे पासे मन की कहानी बिल्कुल उल्ट है, तन नहीं मरना है, उन्हें रोकया नहीं जा सकता। उनका फैसला कभी मनुख करता ही नहीं भी मेरा तन मर जाए, कभी अखीर के समय तक इंजैक्शन लगा है, विटामिन खाता है ताकि तन मेरे को होर रहे, फैसला ही नहीं करता तन मर जाए। कह लगी एक है मन मर लो, हम अगले पास दूजे श्लोक संबंध। कह लगी ये तो तन की कहानी है, एक है मन मरना जड़ा जरूरी है। और फिर अजीब गल है, कहने लगे मन जड़ा है उन्होंने कुछ खोर नहीं लगती, जो मैं अर्ज की वह बुढ़ा नहीं होगा, उन्होंने खोर भी नहीं लगती। पर कि अजीब कहानी है भी तन को खोर लगी हुई है वह मरना नहीं चाहता, मन खोर नहीं लगी हुई पर उनका मरना जरूरी है, उन्होंने मारो। क्यों? क्योंकि मन मारे बिना रब नहीं मिलता, मन वो ही मारता है जेड़ा प्रभु को मिलना चाहता है। तनु तो मारते ही नहीं, उनका फैसला भी नहीं करता। आप रोज पढ़ने आपे तो मरना ही नहीं, तन ने तो आपे मर जाना है ना, तेरे ना चाहते हुए भी मर जाना है, पर मन ने आपे तो मरना ही नहीं क्योंकि होर कोई नहीं लगी हुई, ये बुढ़ा भी नहीं होता, इन्हें मरना नहीं, तेल दे मरे बिना रब नहीं मिलना। अजीब जिहा सवाल पैदा हो गया, मन मरे मर जाए बिन मन मोए, बिन
ਨਾ ਮਰਿਆ ਰੱਬ ਕਿਵੇਂ ਮਿਲੇਗਾ? ਜੇ ਤੇਰਾ ਮਨ ਨਾ ਮਰਿਆ ਤੂੰ ਮਨ ਨੂੰ ਨਾ ਮਾਰ ਸਕਿਆ ਰੱਬ ਕਿਵੇਂ ਮਿਲੇਗਾ? ਇਹ ਕਿਵੇਂ ਮਰੇ? ਇਹਨੂੰ ਤਾਂ ਖੋਰੀ ਕੋਈ ਲੱਗੀ। ਐਥਿਕ ਸਵਾਲ ਖੜਾ ਹੋ ਗਿਆ। ਕਹਿਣ ਲੱਗੀ ਇੱਕ ਹੋਰ ਫਰਕ ਹੈ, ਤਨ ਮਰਦਾ ਹੈ ਉਹਨੂੰ ਖੋਰ ਲੱਗਦੀ ਹੈ, ਪਰ ਉਹਦਾ ਫੈਸਲਾ ਤਨ ਬਿਲਕੁਲ ਨਹੀਂ ਕਰਦਾ ਕਿ ਮੈਂ ਮਰਨ ਲਈ ਤਿਆਰ ਹਾਂ। ਮਨ ਨੂੰ ਖੋਰ ਵੀ ਨਹੀਂ ਲੱਗੀ ਤੇ ਮਨ ਦਾ ਮਰਨਾ ਤੇ ਮਾਰਨਾ ਵੀ ਜ਼ਰੂਰੀ ਹੈ, ਕਿਉਂ ਤੇ ਕਿਉਂ ਕਿਉਂ ਦੇ ਬਿਨਾਂ ਰੱਬ ਨਹੀਂ ਮਿਲਦਾ। ਕਹਿਣ ਲੱਗੇ ਇੱਕ ਫਰਕ ਹੈ, ਉਹਦਾ ਫੈਸਲਾ ਨਹੀਂ ਕਰਦਾ ਤਨ ਮਰਨ ਦਾ, ਲੇਕਿਨ ਮਨ ਜਿਹੜਾ ਹੈ ਉਹ ਉਦੋਂ ਹੀ ਮਰਦਾ ਜਦੋਂ ਮਨ ਆਪ ਫੈਸਲਾ ਕਰਦਾ ਮਰਨ ਦਾ। ਕਹਿਣ ਲੱਗੇ ਮਨ ਨੂੰ ਮਰਨਾ ਹੋਵੇ ਨਾ ਮਨ ਦਾ ਫੈਸਲਾ ਕਰਨਾ ਪੈਂਦਾ। ਤਨ ਨੂੰ ਮਰਨ ਲਈ ਬਿਲਕੁਲ ਅਖੀਰ ਤੱਕ ਮਨੁੱਖ ਨਹੀਂ ਫੈਸਲਾ ਕਰਦਾ, ਲੇਕਿਨ ਮਨ ਨੂੰ ਮਰਨ ਵਾਸਤੇ ਮਨ ਨੂੰ ਖੁਦ ਫੈਸਲਾ ਕਰਨਾ ਪੈਂਦਾ। ਕਬੀਰ ਜੀ ਨੇ ਕਿਉਂ ਕਹਿ ਦਿੱਤਾ ਸੀ ਅਬ ਕੈਸੇ ਮਰੋ, ਉੱਥੇ ਲਿਖੋ ਮਨ ਹੈ ਤਨ ਨਹੀਂ। ਕਹਿਣ ਲੱਗੇ ਅਬ ਕੈਸੇ ਮਰੋ, ਮਨ ਨੂੰ ਮਾਨਿਆ ਤੇ ਮਨ ਮੰਨ ਗਿਆ ਕਿ ਮੈਂ ਮਰਨਾ, ਹੁਣ ਮੈਂ ਸੋਚਦਾ ਮੈਂ ਕਿਵੇਂ ਮਰਾਂ। ਤੋ ਇੱਥੇ ਆ ਕੇ ਇੱਕ ਐਗਜ਼ਾਮਪਲ ਬੜੀ ਖੂਬਸੂਰਤ ਦਿੱਤੀ ਨੇ। ਕਹਿੰਦੇ ਨੇ ਪ੍ਰੀਤਮ ਦੇ ਮਿਲਾਪ ਲਈ, ਰੱਬ ਦੇ ਮਿਲਾਪ ਲਈ ਮਨ ਦਾ ਮਰਨਾ ਇਉਂ ਹੀ ਹੈ ਜਿਵੇਂ ਪ੍ਰੀਤਮ ਨਾਲ ਪਿਆਰ ਰੱਖਣ ਵਾਲੀ ਪਤਨੀ ਪਤੀ ਦੇ ਨਾਲ ਸਤੀ ਹੁੰਦੀ, ਸਤੀ ਦੀ ਅਵਸਥਾ ਕੀ ਹੈ? ਇੱਕ ਰਸਮ ਸੀ ਪੁਰਾਤਨ ਸਮੇਂ ਦੀ, ਜਿਹੜੀ ਸਤੀ ਹੁੰਦੀ ਸੀ ਨਾ ਉਹਨੂੰ ਜ਼ਬਰਨ ਸਤੀ ਨਹੀਂ ਸੀ, ਜਿਹੜਾ ਜ਼ਬਰਨ ਸਤੀ ਹੋਵੇ ਉਹ ਕਾਹਦੀ ਸਤੀ? ਉਹ ਆਪਣੇ ਮਨ ਦੀ ਇੱਛਾ ਨਾਲ ਆਖਦੀ ਸੀ ਮੈਂ ਸਤੀ ਹੋਣਾ, ਤੇ ਫਿਰ ਉਹਦੇ ਕੋਲੋਂ ਕਸਮ ਖਵਾਈ ਜਾਂਦੀ ਸੀ, ਵੇਖੀ ਮੌਤ ਤੋਂ ਡਰੀ ਨਾ ਇਹ ਹੋ ਜਾਏ ਵੀ ਹੁਣ ਤੂੰ ਆਖੇ ਮੈਂ ਸਤੀ ਹੋਣਾ, ਹੁਣ ਆਖੇ ਸਤੀ ਹੋਣਾ, ਤੇ ਜਿਸ ਵੇਲੇ ਚਿਖਾ ਬਲਦੀ ਵੇਖੇ ਉਸ ਵੇਲੇ ਤੇਰਾ ਮਨ ਡਰ ਜਾਏ। ਦੇਖੋ ਬਾਬਾ ਕੋਈ ਜੀ ਨੇ ਖਿਆਲ ਕੈਸਾ ਖੂਬਸੂਰਤ ਦਿੱਤਾ। ਕਹਿਣ ਲੱਗੇ ਅਜੀਬ ਗੱਲ ਹੈ, ਜਿਹਨੇ ਸਤੀ ਹੋਣਾ ਪ੍ਰੀਤਮ ਦੇ ਮਿਲਾਪ ਲਈ, ਉਹਦੇ ਲਈ ਕੁਰਬਾਨੀ ਕਰਨੀ ਹੈ ਤੇ ਉਹਨੇ ਫੈਸਲਾ ਵੀ ਆਪ ਕਰਨਾ। ਮਨ ਦਾ ਮਰਨਾ ਕੀ ਹੈ? ਇੱਕ ਸਤੀ ਹੋਣਾ, ਕਿਉਂਕਿ ਬਿਨ ਮਨ ਮੂਹੇ ਕੈਸੇ ਹਰ ਪਾਇਆ। ਤੇ ਸਤੀ ਦੀ ਪਰਿਭਾਸ਼ਾ ਕੀ ਹੈ? ਉਹ ਫੈਸਲਾ ਆਪ ਕਰਦੀ ਹੈ, ਇਸ ਲਈ ਮਨ ਵੀ ਉਦੋਂ ਮਰਦਾ ਜਦੋਂ ਮਨ ਮਰਨ ਦਾ ਫੈਸਲਾ ਆਪ ਕਰਦਾ, ਤੇ ਫਿਰ ਉਦੋਂ ਇੱਕ ਰਸਮ ਹੁੰਦੀ ਸੀ ਨਾਰੀਅਲ ਸੰਧੂਰ ਆਦਿਕ ਉਹਨੂੰ ਸਧੌਰਾ ਆਖਦੇ ਸਨ, ਉਸ ਰਸਮ ਦਾ ਨਾਂ ਸਧੌਰਾ ਸੀ। ਉਹ ਨਾਰੀਅਲ ਤੇ ਸੰਧੂਰ ਉਹਦੀ ਝੋਲੀ ਪਾਇਆ ਜਾਂਦਾ ਸੀ, ਉਹ ਹੱਥ ਕਰਕੇ ਫੜਦੀ ਸੀ, ਤੇ ਜਿਸ ਵੇਲੇ ਉਹਦੇ ਹੱਥ ਸਧੌਰਾ ਆ ਜਾਏ ਪਹਿਲਾਂ ਮੁਕਰ ਸਕਦੀ ਹੈ, ਡਰ ਸਕਦੇ ਡਰ ਜਾਏ ਮਨ ਕਮਜ਼ੋਰ ਪੈ ਜਾਏ ਤੇ ਕਹਿ ਸਕਦੀ ਵੀ ਨਹੀਂ ਮੈਂ ਸਤੀ ਨਹੀਂ ਹੋਣਾ। ਪਰ ਜਦੋਂ ਨੇ ਇਹ ਵਿਸ਼ਵਾਸ ਨਾਲ ਕਹਿ ਦਿੱਤਾ ਕਿ ਮੈਂ ਆਪਣੇ ਪਤੀ ਲਈ ਸਤੀ ਹੋਣ ਲਈ ਤਿਆਰ ਹਾਂ, ਮਨ ਬਣਾ ਲਿਆ, ਮੇਰੇ ਮਨ ਦੀ ਇੱਛਾ ਬਣ ਗਈ ਹੈ, ਮੇਰੇ ਮਨ ਨੇ ਆਪ ਖੁਦ ਫੈਸਲਾ ਕਰ ਲਿਆ, ਤੇ ਜਦੋਂ ਸਧੌਰਾ ਹੱਥ ਵਿੱਚ ਲੈ ਲਿਆ ਫਿਰ ਉਹ ਮੌਤ ਤੋਂ ਨਹੀਂ ਡਰਦੀ, ਫਿਰ ਉਹਦੀ ਮੌਤ ਉਹਦਾ ਆਪਣਾ ਪਤੀ ਨਾਲ ਪਿਆਰ ਬਣ ਜਾਂਦਾ ਹੈ। ਲੋ ਬਾਬਾ ਕਬੀਰ ਜੀ ਨੇ ਇਹੋ ਲਫ਼ਜ਼ ਅਗਲੇ ਪਾਸੇ ਕਹਿਤੇ, ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀ। ਕਹਿਣ ਲੱਗੇ
ਅਵਸਥਾ ਇਹੋ ਹੀ ਹੋਊਗੀ। ਮੈਂ ਪ੍ਰੀਤਮ ਲਈ ਜਿਉਣਿਆ, ਪ੍ਰੀਤਮ ਲਈ ਮਰਨਾ, ਮੇਰਾ ਜੀਵਨ ਵੱਖਰਾ ਪਾ ਮਾਲਕ ਤੋਂ ਨਹੀਂ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣੀ। ਮੈਂ ਹੁਣ ਵੱਖਰਾ ਨਹੀਂ, ਨਾ ਮੈਂ ਵੱਖਰਾ ਹੋ ਕੇ ਜੀਉ ਸਕਣਾ, ਮੇਰਾ ਮਨ ਵੱਖਰਾ ਹੋ ਕੇ ਨਹੀਂ ਜੀਉ ਸਕਦਾ, ਪ੍ਰੀਤਮ ਨਾਲੋਂ ਟੁੱਟ ਕੇ ਨਹੀਂ ਜੀ ਸਕਦਾ। ਇਸ ਲਈ ਮੇਰੇ ਮਨ ਦੀ ਹੁਣ ਇਹ ਭਾਵਨਾ ਬਣ ਗਈ ਹੈ, ਫੈਸਲਾ ਕਰ ਲਿਆ ਵੀ ਮੈਨੂੰ ਮਨ ਮਰਨ ਤੋਂ ਕਾਹਦਾ ਡਰ। ਤਨ ਮਰਨ ਵਾਲੇ ਤਾਂ ਡਰੀ ਜਾਂਦੇ ਨੇ, ਉਹ ਤਾਂ ਕੈਪਸੂਲ ਖਾਈ ਜਾਂਦੇ ਨੇ, ਉਹ ਤਾਂ ਇੰਜੈਕਸ਼ਨ ਲਵਾਈ ਜਾਂਦੇ ਨੇ, ਤਨ ਨਾ ਮਰੇ। ਕਹਿਣ ਲੱਗੇ ਮਨ ਨੇ ਆਪ ਖੁਦ ਫੈਸਲਾ ਕੀਤਾ ਤੇ ਸਤੀ ਵਾਲਾ ਫੈਸਲਾ ਕੀਤਾ। ਕਬੀਰ ਐਸੀ ਹੋਏ ਪਰੇ ਮਨ ਕੋ ਭਾਵਤ ਕੀ, ਮਨ ਦੀ ਭਾਵਨਾ ਆਪਣੀ ਬਣ ਗਈ। ਤੇ ਭਾਵਨਾ ਕੀ ਬਣੀ ਤੇ ਮੈਨੂੰ ਮਨ ਨੂੰ ਮਾਰ ਕੇ ਹੀ ਪ੍ਰੀਤਮ ਮਿਲਣਾ ਹੈ ਤੇ ਮੈਂ ਸਤੀ ਹੋਣ ਲਈ ਤਿਆਰ ਹਾਂ। ਕਹਿਣ ਲੱਗੇ ਕਬੀਰ ਐਸੀ ਬਚਾਉਂਦਾ ਹੈ ਪਰ ਉਹਨੂੰ ਖੋਰਾ ਲੱਗ ਜਾਂਦਾ ਹੈ, ਬੁਢੇਪਾ ਆ ਜਾਂਦਾ ਹੈ, ਚਲਾ ਜਾਂਦਾ ਹੈ, ਲੱਜ ਟੁੱਟ ਜਾਂਦੀ ਹੈ। ਮਨ ਜਦੋਂ ਪ੍ਰਭੂ 'ਤੇ ਕੁਰਬਾਨ ਹੋਣ ਲਈ ਉਹਨੂੰ ਪਤਾ ਹੈ ਮਨ ਮਰਿਆ ਹੈ, ਦਾਰੂ ਜਾਣੇ ਕੋਏ। ਮਨ ਨੂੰ ਮਾਰਨਾ ਬਹੁਤ ਜ਼ਰੂਰੀ ਹੈ ਜੇ ਰੱਬ ਨੂੰ ਮਿਲਣਾ ਹੈ, ਜੇ ਪ੍ਰਭੂ ਦਾ ਮਿਲਾਪ ਜ਼ਰੂਰੀ। ਕਹਿਣ ਲੱਗੇ ਉਦੋਂ ਫਿਰ ਸਤੀ ਵਾਂਗੂ ਮਨ ਫੈਸਲਾ ਕਰਦਾ ਹੈ ਕਿ ਨਹੀਂ ਮੈਨੂੰ ਮੌਤ ਤੋਂ ਬਿਲਕੁਲ ਕੋਈ ਡਰ ਨਹੀਂ ਲੱਗਦਾ। ਮਨ ਮਰਨ 'ਤੇ ਕਾਹਦਾ ਡਰ ਹੈ, ਜਿਹਨੂੰ ਜਿਹਨੇ ਮਨ ਅਤੇ ਤਨ ਦਾ ਫਰਕ ਸਮਝ ਲਿਆ। ਕਹਿਣ ਲੱਗੇ ਮਰਨੇ ਆਪਣੇ ਪ੍ਰੀਤਮ ਨੂੰ ਮਿਲਣਾ ਹੈ, ਉਹਦੇ ਲਈ ਨਿਸ਼ਾਵਰ ਹੋਣਾ ਹੈ, ਉਹਦੇ ਚਰਨਾਂ ਵਿੱਚ ਆਪਣਾ ਭੇਟ ਕਰਨਾ ਹੈ। ਹਾਂ ਹਾਂ ਭੀਤ ਭਇਓ ਜਿਹੜੀ ਦਰਮਿਆਨ ਵਿੱਚ ਹੈ ਮਨ ਦੀ, ਹਾਂ ਉਹ ਖਤਮ ਕਰਨੀ ਕਿ ਕਈ ਦਿਨਾਂ ਤੋਂ ਲਗਾਤਾਰ ਕਈ ਸ਼ਲੋਕਾਂ ਵਿੱਚ ਆਪਣੇ ਆਪ ਨੂੰ ਖਤਮ ਕਰਨ ਦਾ ਭਾਵ ਆਪਾਂ ਮਿਟਾਉਣ ਦਾ ਇਹ ਸਬਜੈਕਟ ਚੱਲ ਰਿਹਾ ਹੈ। ਅਤੇ ਇਹਦੇ ਵਿੱਚ ਵੀ ਉਹ ਦੇ ਰਹੇ ਨੇ, ਕਹਿੰਦੇ ਨੇ ਤਨ ਨਹੀਂ ਮਿਟਦਾ, ਹਾਲਾਂਕਿ ਉਹਨੂੰ ਖੋਰਾ ਲੱਗਾ ਹੋਇਆ ਨਹੀਂ ਮਿਟਾਉਣਾ ਚਾਹੁੰਦਾ, ਪਰ ਮਨ ਨੂੰ ਖੋਰਾ ਕੋਈ ਨਹੀਂ। ਪਰ ਜਿਹਨੂੰ ਪ੍ਰਭੂ ਦਾ ਪਿਆਰ ਹੈ ਨਾ, ਉਹ ਪ੍ਰਭੂ ਅੱਗੇ ਆਪਣਾ ਮਨ ਸਮਰਪਣ ਕਰਦਾ ਹੈ, ਭੇਟ ਕਰਦਾ ਹੈ ਅਤੇ ਫੈਸਲਾ ਕਰਦਾ ਮੈਨੂੰ ਮੌਤ ਤੋਂ ਡਰ ਨਹੀਂ ਆਉਂਦਾ। ਇਹੋ ਗੱਲ ਬਾਬਾ ਕਬੀਰ ਜੀ ਨੇ ਕਹਿ ਦਿੱਤੀ ਸੀ ਦੂਜੇ ਸ਼ਬਦ ਵਿੱਚ ਵੀ ਕਿ ਅਬ ਕੈਸੇ ਮਰੋ, ਮਰ 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 ਜਾਤੇ ਜਿਹੜੇ ਰਾਮ ਨਾ ਜਾਣਿਆ। ਉਹ ਲੋਕ ਜਿਹੜੇ ਰਾਮ ਨੂੰ ਨਹੀਂ ਧਿਆਉਂਦੇ, ਨਹੀਂ ਜਾਣਦੇ, ਉਹਨਾਂ ਦੀ ਦੇਹ ਨੂੰ, ਉਹਨਾਂ ਦੀ ਕਾਇਆ ਨੂੰ ਖੋਰਾ ਲੱਗਾ ਹੋਇਆ, ਉਹ ਤੇ ਮਰ ਰਹੇ ਨੇ। ਪਰ ਜਿਹੜੇ ਰੱਬ ਨਾਲ, ਪ੍ਰਭੂ ਨਾਲ ਜੁੜ ਕੇ ਆਪਾ ਭੇਟ ਕਰਦੇ ਨੇ, ਉਹ ਮਨ ਦਾ ਫੈਸਲਾ ਕਰਕੇ ਸਤੀ ਵਾਂਗੂ ਸਮਰਪਣ ਹੁੰਦੇ ਨੇ। ਕਹਿੰਦੇ ਨੇ ਮਰਨੇ ਤੇ ਮਰ
फैसला आप करना है। सो आओ गुरु बख्शिश करे सानू दोहां चीजां दा फर्क समझ आ जाए। राम कली महला तीजा आनंद क्यों कार सतगुरु प्रसाद।